ਸਤਿ ਸ਼੍ਰੀ ਅਕਾਲ, ਕਿੱਦਾਂ ਸਾਰੇ ਜੀ? ਵਧੀਆ ਦੋਸਤੋ। ਕੁਝ ਇੱਕ ਦਿਨ ਪਹਿਲੇ ਮੈਂ ਸਾਊਥ ਕੋਰੀਆ ਦੀ ਇੱਕ ਵੀਡੀਓ ਪਾਈ ਸੀ, ਜਿਸ ਦੇ ਵਿੱਚ ਮੈਂ ਦੱਸਿਆ ਸੀ ਕਿ ਤੁਸੀਂ ਸਾਊਥ ਕੋਰੀਆ ਦਾ ਅਗਰ ਵੀਜ਼ਾ ਅਪਲਾਈ ਕਰਨਾ ਹੋਏ ਤਾਂ ਉਹਦੇ ਵਾਸਤੇ ਤੁਹਾਨੂੰ ਕੀ ਕੀ ਡਾਕੂਮੈਂਟਸ ਚਾਹੀਦੇ ਨੇ ਔਰ ਉਹਦੇ ਫੀਸ ਕਿੰਨੀ ਹੈ, ਇਹਦੇ ਬਾਰੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਉਸ ਵੀਡੀਓ ਦੇ ਵਿੱਚ ਦਿੱਤੀ ਸੀ ਦੋਸਤੋ। ਅਗਰ ਤੁਸੀਂ ਉਸ ਵੀਡੀਓ ਨੂੰ ਨਹੀਂ ਦੇਖਿਆ ਤਾਂ ਤੁਸੀਂ ਜ਼ਰੂਰ ਦੇਖ ਲਿਓ। ਦੋਸਤੋ, ਤੁਸੀਂ ਜੇ ਸਾਊਥ ਕੋਰੀਆ ਦਾ ਵੀਜ਼ਾ ਅਪਲਾਈ ਕਰਨਾ ਹੈ ਤਾਂ ਤੁਹਾਨੂੰ VFS ਦੇ ਥਰੂ ਕਰਨਾ ਪਏਗਾ, ਮੈਂ ਤੁਹਾਨੂੰ ਇਹ ਵੀ ਦੱਸਿਆ ਸੀ, ਔਰ VFS ਵਾਸਤੇ ਤੁਹਾਨੂੰ ਅਪਾਇੰਟਮੈਂਟ ਲੈਣੀ ਪਏਗੀ ਦੋਸਤੋ। ਸੋ ਦੋਸਤੋ, ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ ਹੈਗਾ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਖੁਦ ਬ ਖੁਦ ਅਪਾਇੰਟਮੈਂਟ ਕਿਵੇਂ ਲੈ ਸਕਦੇ ਹੋ, ਔਰ ਅਪਾਇੰਟਮੈਂਟ ਲੈ ਕੇ ਤੁਸੀਂ ਆਪਣੀ ਫਾਈਲ ਤਿਆਰ ਕਰਕੇ ਜਿਹੜਾ ਹੈਗਾ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਦੋਸਤੋ ਸਾਊਥ ਕੋਰੀਆ ਦਾ। ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਸ ਤਰ੍ਹਾਂ VFS ਦੀ ਅਪਾਇੰਟਮੈਂਟ ਲੈਣੀ ਹੈ ਦੋਸਤੋ। ਸੋ ਜਿਸ ਵੀਰ ਨੇ ਮੇਰੀ ਪੁਰਾਣੀ ਜਿਹੜੀ ਵੀਡੀਓ ਹੈ ਸਾਊਥ ਕੋਰੀਆ ਦੀ, ਜਿਸ ਦੇ ਵਿੱਚ ਮੈਂ ਸਾਰੀ ਇਨਫੋਰਮੇਸ਼ਨ ਦਿੱਤੀ ਸੀ ਡਾਕੂਮੈਂਟਸ ਬਾਰੇ, ਫੀਸ ਬਾਰੇ, ਅਗਰ ਉਹ ਨਹੀਂ ਦੇਖੀ ਹੈ ਦੋਸਤੋ ਤਾਂ ਤੁਸੀਂ ਉਹਨੂੰ ਹੀ ਜਾ ਕੇ ਦੇਖ ਸਕਦੇ ਹੋ। ਆਈ ਬਟਨ ਆ ਰਿਹਾ ਹੋਗਾ ਇੱਧਰ ਜਾਂ ਇੱਧਰ, ਤੁਸੀਂ ਉਹਦੇ 'ਤੇ ਕਲਿੱਕ ਕਰੋ ਔਰ ਉਸ ਵੀਡੀਓ ਨੂੰ ਦੇਖ ਸਕਦੇ ਹੋ ਦੋਸਤੋ। ਸੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹ ਦੱਸਾਂਗਾ ਕਿ ਤੁਸੀਂ ਖੁਦ ਬਾ ਖੁਦ ਕਿਵੇਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਸੋ ਮੈਂ ਤੁਹਾਨੂੰ ਲੈ ਕੇ ਚੱਲਣਾ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ ਔਰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਖੁਦ ਬ ਖੁਦ ਜਿਹੜੀ ਹੈ ਉਹ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਦੋਸਤੋ। ਹਾਂਜੀ ਦੋਸਤੋ, ਤੁਸੀਂ ਆਪਣੇ ਕੰਪਿਊਟਰ 'ਤੇ ਗੂਗਲ ਖੋਲ੍ਹਣਾ ਹੈ ਔਰ ਉਹਦੇ 'ਤੇ ਲਿਖਣਾ ਹੈ ਦੋਸਤੋ VFS ਗਲੋਬਲ, ਔਰ ਜਿਹੜੀ ਪਹਿਲੀ ਵੈਬਸਾਈਟ ਆਏਗੀ ਦੋਸਤੋ ਇਹ ਹੈਗਾ VFSglobal.com। ਤੁਸੀਂ ਉਹਦੇ 'ਤੇ ਕਲਿੱਕ ਕਰੋਗੇ, ਡਿਸਕ੍ਰਿਪਸ਼ਨ ਦੇ ਵਿੱਚ ਦੋਸਤੋ ਮੈਂ ਲਿੰਕ ਦੇ ਦਾਂਗਾ, ਤੁਸੀਂ ਉਹਦੇ 'ਤੇ ਡਾਇਰੈਕਟ ਕਲਿੱਕ ਕਰਿਓ, ਡਾਇਰੈਕਟ ਜਿਹੜਾ ਹੈਗਾ ਇਹ ਇੰਟਰਫੇਸ ਖੁੱਲ ਜਾਏਗਾ। ਇਹ VFS ਗਲੋਬਲ ਦੀ ਅਫੀਸ਼ੀਅਲ ਵੈਬਸਾਈਟ ਹੈ ਦੋਸਤੋ। ਹੁਣ ਇਹਦੀ ਇੱਥੇ ਅਪਾਇੰਟਮੈਂਟ ਕਿਵੇਂ ਲੈਂਦੇ ਆ ਉਹਦੇ ਬਾਰੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਦੋਸਤੋ। ਇੱਥੇ ਆਪਾਂ ਨੇ ਪਾਉਣਾ ਜਿੱਥੋਂ ਅਸੀਂ ਅਪਲਾਈ ਕਰ ਰਹੇ ਹਾਂ, ਜਿਸ ਕੰਟਰੀ ਤੋਂ ਅਸੀਂ ਬਿਲੋਂਗ ਕਰਦੇ ਹਾਂ, ਇੰਡੀਆ। ਹੁਣ ਅਸੀਂ ਸਾਊਥ ਕੋਰੀਆ ਵਾਸਤੇ ਜਿਹੜੀ ਹੈਗੀ ਅਪਾਇੰਟਮੈਂਟ ਬੁੱਕ ਕਰ ਰਹੇ ਹਾਂ ਅਤੇ ਕੋਰੀਆ ਰਿਪਬਲਿਕ ਆਫ, ਇਹ ਸਾਨੂੰ ਲੈ ਕੇ ਜਾਏਗਾ ਟੇਕ ਮੀ ਟੂ ਵੈਬਸਾਈਟ। ਦੋਸਤੋ ਜਦੋਂ ਅਸੀਂ ਉਸ 'ਤੇ ਕਲਿੱਕ ਕਰਾਂਗੇ ਤਾਂ ਇੱਕ ਹੋਰ ਇੰਟਰਫੇਸ ਖੁੱਲ ਜਾਏਗਾ, ਸਟਾਰਟ ਨਾਓ, ਬੁੱਕ ਨਾਓ, ਫਾਊਂਡ ਨਾਓ, ਵਿਊ ਸਰਵਿਸਿਜ਼, ਅਤੇ ਆਪਾਂ ਕਰਾਂਗੇ ਬੁੱਕ ਨਾਓ 'ਤੇ ਕਲਿੱਕ। ਬੁੱਕ ਨਾਓ 'ਤੇ ਕਲਿੱਕ ਕਰਨ ਤੋਂ ਬਾਅਦ ਬੁੱਕ ਐਨ ਅਪਾਇੰਟਮੈਂਟ ਆ ਜਾਏਗਾ, ਅਗੇਨ ਬੁੱਕ ਨਾਓ। ਕਈ ਵਾਰੀ ਜਿਹੜੀ ਹੁੰਦੀ ਹੈ ਦੋਸਤੋ ਇਹ ਸਾਈਟ ਬਹੁਤ ਬਿਜ਼ੀ ਹੁੰਦੀ ਹੈ, ਸਾਰੀ ਦੁਨੀਆ ਜਿਹੜੀ ਹੈ ਅਪਾਇੰਟਮੈਂਟ ਬੁੱਕ ਕਰ ਰਹੀ ਹੁੰਦੀ ਹੈ। ਸੋ ਇਹ ਕਈ ਵਾਰੀ ਇਸ ਤਰ੍ਹਾਂ ਦਾ ਇੰਟਰਫੇਸ ਨਜ਼ਰ ਆ ਜਾਂਦਾ ਹੈ ਤੁਹਾਨੂੰ, ਅਤੇ ਤੁਹਾਨੂੰ ਥੋੜ੍ਹੀ ਦੇਰ ਰੁਕਣਾ ਪਏਗਾ ਦੋਸਤੋ। ਜਦੋਂ ਹਟ ਜਾਏਗਾ ਤਾਂ ਤੁਸੀਂ ਇਹ ਤੁਹਾਡਾ ਨਵਾਂ ਇੰਟਰਫੇਸ ਖੁੱਲ੍ਹੇਗਾ ਜਿਹਦੇ 'ਤੇ ਅਪਾਇੰਟਮੈਂਟ ਲੌਗਿੰਗ ਕਰਨਾ ਹੋਏਗਾ। ਅਗਰ ਤੁਸੀਂ ਨਿਊ ਯੂਜ਼ਰ ਹੈਗੇ ਹੋ ਤਾਂ ਥੱਲੇ ਇਹਦੇ 'ਤੇ ਨਿਊ ਯੂਜ਼ਰ 'ਤੇ ਕਲਿੱਕ ਕਰੋਗੇ ਔਰ ਇਹਨੂੰ ਰਜਿਸਟਰ ਕਰੋਗੇ। ਇੱਥੇ ਆਪਣਾ ਨਾਮ, ਇੱਥੇ ਆਪਣਾ ਲਾਸਟ ਨੇਮ, ਇੱਥੇ ਆਪਣੀ ਈਮੇਲ ਆਈਡੀ, ਆਪਣਾ ਫੋਨ ਨੰਬਰ ਔਰ ਫਿਰ ਪਾਸਵਰਡ ਜਿਹੜਾ ਤੁਸੀਂ ਪਾਉਣਾ ਹੈ ਦੋਸਤੋ, ਕਨਫਰਮ ਪਾਸਵਰਡ, ਇਹਨੂੰ ਐਗਰੀ ਕਰਨਾ ਹੈ, ਫਿਰ ਇਹ ਕੈਪਚਾ ਪਾ ਕੇ ਤੁਸੀਂ ਸਬਮਿਟ ਕਰ ਦੇਣਾ ਦੋਸਤੋ। ਅਤੇ ਮੈਂ ਕੀਤਾ ਹੋਇਆ ਸੀ ਲੌਗਿਨ ਕਰਨੇ ਆ ਦੋਸਤੋ। ਜਦੋਂ ਤੁਸੀਂ ਆਪਣੇ ਰਜਿਸਟਰਡ ਈਮੇਲ ਆਈਡੀ ਔਰ ਉਹਦਾ ਪਾਸਵਰਡ ਪਾਓਗੇ ਔਰ ਜਦੋਂ ਲੌਗਿਨ ਕਰੋਗੇ ਤਾਂ ਦੋਸਤੋ ਇਹ ਜਿਹੜਾ ਤੁਹਾਡਾ ਪੇਜ ਹੈ ਇਹ ਖੁੱਲ੍ਹ ਜਾਏਗਾ, ਅਪਲਾਈ ਫੋਰ ਵੀਜ਼ਾ ਟੂ ਸਾਊਥ ਕੋਰੀਆ, ਠੀਕ ਹੈ ਜੀ। ਹੁਣ ਇਹਦੇ 'ਤੇ ਆਪਾਂ ਸ਼ਡਿਊਲ ਅਪਾਇੰਟਮੈਂਟ ਦੇ ਉੱਤੇ ਕਲਿੱਕ ਕਰਾਂਗੇ ਦੋਸਤੋ। ਸੋ ਦੋਸਤੋ ਇਹ ਇੰਟਰਫੇਸ ਆਪਾਂ ਨੇ ਇਹ ਪਹਿਲਾਂ ਫੋਰਮ ਭਰਨਾ ਹੈਗਾ, ਵਿਜ਼ਿਟਿੰਗ ਕੰਟਰੀ ਦੇ ਵਿੱਚ ਆਪਾਂ ਨੇ ਪਾਉਣਾ ਹੈ ਜੀ ਸਾਊਥ ਕੋਰੀਆ, ਠੀਕ ਹੈ ਜੀ। ਰੈਜੀਡੈਂਸ ਕੰਟਰੀ ਨੇ ਆਪਾਂ ਇੰਡੀਆ, ਸੈਂਟਰ ਦਿੱਲੀ ਔਰ ਕਲਕੱਤਾ ਹਜੇ ਖੁੱਲ੍ਹਿਆ ਹੋਇਆ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈਗਾ ਤੁਹਾਨੂੰ, ਅਸੀਂ ਦਿੱਲੀ ਪਾਉਂਦੇ ਹਾਂ, ਔਰ ਕੈਟੇਗਰੀ ਅਪਾਇੰਟਮੈਂਟ ਕੈਟੇਗਰੀ। ਸ਼ਾਰਟ ਟਰਮ ਵੀਜ਼ਾ 'ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਕੰਟੀਨਿਊ ਹੋਵਾਂਗੇ, ਕੰਟੀਨਿਊ ਦੇ ਉੱਤੇ ਕਲਿੱਕ ਕਰਾਂਗੇ। ਇਹ ਦੇਖ ਸਕਦੇ ਹੋ ਦੋਸਤੋ ਤੁਹਾਨੂੰ 31 ਤਰੀਕ ਦੀ ਜਿਹੜੀ ਹੈਗੀ ਹੈ ਅਪਾਇੰਟਮੈਂਟ ਮਿਲ ਰਹੀ ਹੈ, ਅਰਲੀਅਰ ਅਵੇਲੇਬਲ ਹੈਗੀ 31 ਤਰੀਕ ਦੀ ਅਪਾਇੰਟਮੈਂਟ, ਅਤੇ ਤੁਸੀਂ
कंटिन्यू ते क्लिक करांगे। दोस्तों जब तुसी अपनी अपॉइंटमेंट बुक करन लगोगे तो तुहानू पूरी अपनी डिटेल पानी पेगी, इत्थे तुहाडा पासपोर्ट नंबर, इत्थे डेट ऑफ बर्थ, एज पर योर पासपोर्ट सारी चीज़ां पानियां ने। दोस्तों तुसी पाण तो बाद उन्हों सबमिट कर देना है। इस तरह तुसी उस नू भरोगे तो सारी सारी डिटेल ये उत्ते आ जाएगी। दोस्तों एडिट करना है या कुछ और करना है तो तुसी कर सकते हो। फिर आपां क्लिक करांगे दोस्तों कंटिन्यू दे उत्ते। कंटिन्यू ते करन तो बाद तुहानू ये देखो जिहड़ी हैगी तुहाडी अपॉइंटमेंट सब तो जिहड़ी नियरेस्ट मिलती पई हैगी उह 31 तरीक दी मिलती पई है, 31 अगस्त दी मिलती पई है। दोस्तों असीं 31 अगस्त दे उत्ते क्लिक करांगे और कन्फर्म कर देंगे। इस तरह तुसी ईजीली जिहड़ा है अपनी अपॉइंटमेंट नू बुक कर सकते हो। दोस्तों असीं जदों 31 क्लिक करांगे उस तों बाद तुहाडा टाइमिंग शेड्यूल भी आ जाएगा, जिस टाइम दे उत्ते तुसी जाना चाहो उहनू क्लिक करो फिर उन्होंने सबमिट कर दो। सो दोस्तों इस तरीके नाल तुसी इजीली जिहड़ी है अपनी अपॉइंटमेंट VFS ग्लोबल दे थ्रू बुक कर सकते हो साउथ कोरिया वास्ते। इसे तरीके नाल तुसी किसी भी कंट्री वास्ते जिहड़ा हैगा वह बुक कर सकते हो अपॉइंटमेंट। सो दोस्तों होप तुहानू वीडियो चंगी लगी होएगी, मेरी दित्ती हुई इन्फॉर्मेशन चंगी लगी होगी। दोस्तों दोस्तों बस इन्ना को काम सी कुछ एक स्टेप करके कुछ एक डॉक्यूमेंट पा के तुसी जिहड़ा हैगा अपना अपॉइंटमेंट बुक कर सकते हो VFS दी। सो एनी को वीडियो अगर वीडियो चंगी लगी हो तो दोस्तों वीडियो नू लाइक शेयर और कमेंट जरूर कर देना। किसी ने गलबात करनी है तो इंस्टा दी आईडी थल्ले आ रही होगी, आके मेरे नाल गल कर सकते हो। दोस्तों सो रब रखा, शब्बा खैर, मिलने अगली वीडियो दे विच। सत श्री अकाल।